ਸਤਿ ਸ਼੍ਰੀ ਅਕਾਲ ਜੀ, ਸਵਾਗਤ ਤੁਹਾਡਾ ਆਪਣੀ ਨਵੀਂ ਵਿੱਚ। ਪਿਆਰੇ ਵੀਰ, ਆਪਾਂ ਖੜ੍ਹੇ ਤਲਵੰਡੀ ਸਾਬੋ ਟਰੈਕਟਰ ਮੰਡੀ ਦੇ ਵਿੱਚ, ਔਰ ਆਪਣੇ ਨਾਲ ਬਾਈ ਜੀ ਨੇ। ਬਾਈ ਜੀ ਨੇ ਟਰੈਕਟਰ ਡੀਲਰ ਸਿੱਖਾ ਅਤੇ ਨਾਲ ਟਰਾਲੇ ਦਾ ਕੰਮ ਆ। ਆਪਾਂ ਨੂੰ ਬਾਈ ਜੀ ਟਰੈਕਟਰਾਂ ਦੇ ਰੇਟ ਅਤੇ ਮਾਡਲ ਅਤੇ ਸਾਰੀ ਜਾਣਕਾਰੀ ਦੇਣਾ ਕੰਡੀਸ਼ਨ ਬਾਰੇ। ਬਾਈ ਜੀ ਸਵਾਗਤ ਆਪਣੇ ਚੱਲਦਾ ਜੀ। ਬਾਈ ਜੀ, ਸਭ ਤੋਂ ਆਪਣਾ ਸ਼ੁਭ ਨਾਮ ਅਤੇ ਆਪਣਾ ਡਰੈਸ ਦੱਸ ਦਿਓ ਜੀ। ਪਿੰਡ ਘੁੰਮਣ ਕਲਾ ਜੀ, ਮਲਕੀਤ ਚਹਿਲ ਵਰਕਸ਼ਾਪ ਜੀ। ਠੀਕ ਹੈ ਜੀ। ਬਾਈ ਕਿੰਨੇ ਟਰੈਕਟਰ ਲੈ ਕੇ ਆਏ ਉਰੇ? ਇੱਥੇ ਆਪਣੇ ਆਹ ਤਿੰਨ ਚਾਰ ਟਰੈਕਟਰ ਆ ਬਾਈ। ਤਿੰਨ ਚਾਰ ਟਰੈਕਟਰ ਨੇ? ਹਾਂਜੀ। ਪਹਿਲਾ ਟਰੈਕਟਰ ਕਿਹੜਾ ਜੀ? 3600। ਹਾਂਜੀ। ਇਹ ਕਿੰਨਾ ਮਾਡਲ ਹੈ ਜੀ? ਮਾਡਲ 92 ਜੀ। 92 ਮਾਡਲ ਨੰਬਰ ਕਿੱਥੋਂ ਦਾ ਜੀ? ਇਹ ਨੰਬਰ ਹਰਿਆਣਾ ਜੀ। ਹਰਿਆਣਾ ਨੰਬਰ 92 ਮਾਡਲ। ਅਤੇ ਕਿਹੜੇ ਮਾਡਲ ਰੱਖੀ ਜੀ ਆਪਣੇ ਜੀ? ਇਹ ਦੇ ਦਾਂਗੇ ਜੀ 1,15,000 ਦੇ ਕਰੀਬ। 1,15,000 ਦੇ ਦਾਂਗੇ। ਬਾਕੀ ਟਾਇਰਾਂ ਦੀ ਕੰਡੀਸ਼ਨ ਦਿਖਾ ਦੇ ਕਰੀਬ। ਮੁੱਢੇ ਟਾਇਰ ਉਹਨੇ ਤਾਂ ਨਵੀਂ ਆ ਵੀਰੇ। ਨਵੇਂ ਹੀ ਨੇ, ਪਿਛਲੇ ਟਾਇਰ ਵੀ ਬਾਬਾ ਬਾਜ ਬੋਜ ਪੂਰੀ ਧੱਕੜਾ ਯਾਰ ਸਿਰਾ ਰਹਿ। ਠੀਕ ਹੈ ਜੀ। ਦੂਜਾ ਟਰੈਕਟਰ ਹੈਗਾ 735। ਇਹ ਕਿਹਦਾ ਨੰਬਰ ਬਾਈ ਜੀ? ਇਹ 94 ਮਾਡਲ ਬਾਈ। ਇਹ ਨੰਬਰ ਹੈ 4। ਹਰਿਆਣਾ ਨੰਬਰ? ਹਾਂਜੀ। 94 ਮਾਡਲ। ਦਿਮਾਗ ਜੀ ਦੇ ਦਾਂਗੇ ਭਰਾ ਮੇਰਾ 1.5 ਕਦੇ ਲਗਭਗ। 1.5 ਦਾ ਟਰੈਕਟਰ ਦੇ ਦੇਣਾ ਆਪਾਂ ਨੇ। ਬਾਕੀ ਰਿਹਾ ਆ ਬੰਦਾ ਫੋਨ ਕਰਦਾ ਜਾਂ ਵੀਡੀਓ ਤੇਰੀ ਦੇਖ ਕੇ ਆਉਂਦਾ ਭਰਾਵਾ, ਲੈਸ ਕਰ ਦਾਂਗੇ 5,000 ਰੁਪਇਆ। ਜਿਵੇਂ ਟਿਕਟ ਕੋਲ ਕਿਵੇਂ ਸਾਰਾ ਨਾਲ ਜਾਣਾ? ਸਾਰਾ ਕੰਪਲੀਟ ਆਹੀਂ ਦੇਵਾਂਗੇ ਬਾਈ ਯਾਰ। ਟਾਇਰ ਪਹਿਲੇ ਤਾਂ ਲਗਭਗ 90% ਪੈ ਜਾਂਦਾ। ਨਵੇਂ ਕੰਮ ਹੀ ਆ ਸਮਝ ਲਾ। ਨਵੇਂ ਵਰਗ ਆ ਬਸ ਅੱਧੇ ਕੁ ਟਾਇਰ ਮੋੜ ਲਏ। ਇਹ ਅੱਧੇ ਗਏ ਇਹ ਨੇ। ਇਹ ਵੀ ਆਪਣਾ ਜੀ? ਇਹ ਵੀ ਆਪਣਾ। ਹਾਂ ਵੀਰੇ। ਇਹ ਕਿੰਨਾ ਮਾਡਲ ਜੀ? ਇਹ 93 ਮਾਡਲ ਬਾਈ। ਇਹ ਵੀ HR ਜੀ? ਹਾਂਜੀ। ਇਹ ਵੀ 2003 ਮਾਡਲ ਬਾਈ। 2003 ਮਾਡਲ। ਤਿੰਨ ਮਾਡਲ। ਇਹ ਵੀ ਹਰਿਆਣਾ ਨੰਬਰ ਹੈ ਜੀ? ਹਾਂਜੀ ਇਹ HR ਹੈ। ਹਾਂ ਇਹ ਵੀ ਨੰਬਰ ਜੀ। ਇਹ ਤਿੰਨ ਮਾਡਲ ਜੀ? 2003 ਮਾਡਲ। 2003 ਮਾਡਲ ਹਰਿਆਣਾ ਨੰਬਰ। ਤੇ ਕਿੰਨੀ ਡਿਮਾਂਡ ਰੱਖੀ ਆਪਣੇ ਜੀ? ਇਹ 2,70,000 ਰੁਪਇਆ ਜੀ। 2,70,000 ਰੁਪਇਆ? ਹਾਂਜੀ। ਟਾਇਰ ਦਿਖਾ ਦੇ ਮੁੱਢੇ ਟਾਇਰ ਨਵੇਂ ਨੇ? ਮੁੱਢੇ ਦੇ ਨਵੇਂ ਆ ਗਏ। ਮੰਗ ਕਰ ਲਿਆ ਐ ਵੀ ਕਸੇ ਹੋਇਆ। ਬਾਕੀ ਟਿਕਟ ਕੋਈ ਇਹਦੇ ਪਰ ਵੀ ਲੱਗਿਆ ਹੋਇਆ। ਸਾਰਾ ਕੰਪਲੀਟ ਆਹੀਂ ਦੇਵਾਂਗੇ ਇਹ ਵੀ। ਆਹ ਟਿਕਟ ਕਿਹੜਾ ਜੀ? ਆਪਣਾ ਹੁਣ ਤਾਂ ਵੀਰੇ ਆਹ ਟਰਾਲਾ ਆਪਣਾ। ਇਹ ਟਰਾਲਾ ਜੀ ਆਪਣਾ? ਹਾਂਜੀ। ਆਹ ਦੋਨੇ ਟਰਾਲੀਆਂ ਆਪਣੀਆਂ ਵੀਰੇ? ਦੋਨੇ ਟਰਾਲੇ ਆਪਣੇ ਨੇ ਹੈ ਜੀ। ਹਾਂਜੀ। ਠੀਕ ਹੈ ਜੀ। ਇਹ ਕਿੰਨੇ ਫੁੱਟੇ ਦੇ ਟਰਾਲੇ ਨੇ ਜੀ? ਇਹ 11.5 ਜੀ। ਇਹ 11.6 ਜੀ। 2.25 ਬਾੜ। ਉਹ ਵੀ 11.6 2.25 ਬਾੜ ਜੀ। ਇਹ ਸਾਰੀ ਆਪਣੀ ਨੇ ਕਰਦੀਆਂ ਜੀ। ਇਹ ਫਿਰ ਕਿੰਨੀ ਕਿੰਨੀ ਡਿਮਾਂਡ ਜੀ ਇਹਨਾਂ ਦੀ? ਇਹ ਜਿਵੇਂ ਟੋਪੀਆਂ ਲੱਗੀਆਂ ਹੋਈਆਂ ਦੋਨਾਂ ਦੇ ਵੀਰੇ। ਹਾਂਜੀ ਹਾਂਜੀ। 1,35,000 ਦੀਆਂ। ਠੀਕ ਹੈ ਜੀ। ਹਾਂਜੀ 1,35 ਦੀ। ਹਾਂਜੀ 15+ ਵਜਨ ਹੋਊ ਇਹਨਾਂ 'ਚ। ਇਹ ਜਿਵੇਂ ਆਪਣਾ ਸਿੰਗਲ ਟਾਇਰ ਤੇ ਡਬਲ ਟਾਇਰ ਹੋਣਗੇ ਸਿੰਗਲ ਟਾਇਰ 'ਚ? ਨਹੀਂ ਇਹਦਾ ਸਿੰਗਲ ਹੀ ਰਹਿਣਗੀਆਂ ਵੀਰੇ। ਇਹ ਸਿੰਗਲ ਹੀ ਨੇ ਜੀ? ਹਾਂ ਉਹ ਬਾਹਰ ਬਾਹਰ ਆ ਜਾਂਦੇ ਫਿਰ ਟਾਇਰ ਵਿੱਚ। ਉਹਦਾ ਦੂਜੀ ਡਬਲ ਟਾਇਰ? ਉਹ ਡਬਲ ਟਾਇਰ ਜੀ। ਹਾਂ ਉਹਦੀ ਰੇਟ ਮਾੜਾ ਜੀ? ਉਹਦੀ 2,60,000 ਰੁਪਇਆ ਜੀ। 2,60,000 ਰੁਪਇਆ? ਹਾਂ। 25 ਕੁਇੰਟਲ 65 ਕਿਲੋ ਲੀਟਰ ਲਾ ਵੀਰੇ। ਇਹ 25 ਕੁਇੰਟਲ 65 ਕਿਲੋ ਦਾ? ਹਾਂਜੀ। ਤੋਲ ਕੇ ਲੈ ਜੇ ਵਿਅਕ ਦੀ ਅਗਲਾ, ਕੋਈ ਆਏ ਨੀ ਹੈਗਾ ਇਹਦੇ ਵਿੱਚੋਂ ਵੀ ਹਾਂ ਵੇਟ ਘੱਟ ਜੂ। ਬਾਅਦ ਵਿਅਕ ਦੀ ਆਵੇ 5-10 ਕਿਲੋ ਆਏ ਨੀ ਹੈਗਾ ਵੀ ਘੱਟ ਜੂਗਾ ਯਾਰ। 11.5 ਹੈ? 11.5। ਹਾਂ। ਸਾਈਡਾਂ ਤੇ ਬਾਈ 10 ਗੇਜ ਲੱਗੀ ਹੋਈ ਆ ਟਾਟਾ ਦੀ। ਠੀਕ ਤੇ ਥੱਲੇ 4 mm ਦੀ ਪਲੇਟ ਦੋ ਫਾੜ ਡਾਲੇ ਨੇ ਹੈ ਜੀ। ਹਾਂ 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 ਵੀਰੇ। ਟੋਪੀ ਟਾਪੀ ਸਾਰਾ ਕੰਪਲੀਟ ਆ। ਬਾਕੀ ਰੇ 3 ਫੁੱਟ ਬੈੱਡ ਹੈਗਾ, ਪਾਈਪਾਂ ਪਾਈਆਂ ਹੋਈਆਂ ਬੈੱਡ 'ਚ। ਹਾਂਜੀ। ਆਪ ਤਿਆਰ ਕੱਢਣ ਟਰਾਲੀਆਂ? ਇਹ ਆਪਾਂ ਆਪ ਤਿਆਰ। ਹਾਂਜੀ। ਪਿੰਡ ਘੁੰਮਣ ਕਲਾ ਜੀ ਵੱਡੇ ਰੋਡ ਦੇ ਉੱਪਰ ਜੀ। ਆਪਾਂ ਹੋਰ ਵੀ ਟਰਾਲੀ ਆਪਣੀ ਜੀ? ਨਾ ਆਪਣੇ ਆਹ 3 ਆ ਜੀ ਹੁਣ। ਠੀਕ ਆ ਠੀਕ ਆ ਜੀ। ਹਾਂਜੀ। ਇਹ ਵੀਰੇ ਕਿੰਨੇ ਕਿੰਨੇ ਫੁੱਟ ਤੱਕ ਆਪਾਂ ਟਰਾਲੀਆਂ ਤਿਆਰ ਕਰ ਦਿੰਦੇ ਜੀ? ਟਰਾਲੀਆਂ ਦਾ ਵੀਰੇ 22 ਫੁੱਟ ਤੱਕ ਆ, 18 ਫੁੱਟ ਟਰਾਲਾ। ਠੀਕ ਆ ਠੀਕ ਆ। ਹਾਂ 13 ਫੁੱਟ, 14 ਫੁੱਟ, 12 ਫੁੱਟ, 11.5। ਇਹ ਜੈਕ ਜੁੱਕ ਵਾਲੀ ਤਿਆਰ ਕਰ ਦਿੰਦੇ? ਹਾਂ ਜੈਕ ਵਾਲੀਆਂ। ਹਾਂ ਬਾਈ। ਠੀਕ ਆ ਠੀਕ ਆ। ਬਾਈ ਆਪਣਾ ਅਡਰੈਸ ਤੇ ਆਪਣਾ ਕੰਟੈਕਟ ਨੰਬਰ ਬੋਲੋ ਜਲਦੀ। ਪਿੰਡ ਘੁੰਮਣ ਕਲਾਂ ਜੀ, ਬਠਿੰਡਾ ਜ਼ਿਲ੍ਹਾ, ਵੱਡੇ ਰੋਡ ਦੇ ਉੱਪਰ ਵਰਕਸ਼ਾਪ ਆ ਜੀ ਆਪਣੀ। ਨੰਬਰ ਆਪਣਾ
ਬਾਕੀ ਅਗਰ ਤੁਹਾਨੂੰ ਟਰਾਲੀ ਬਣਵਾਉਣੀ ਹੈ, ਟਰਾਲੀ ਲੈਣੀ ਹੈ ਕਿਸੇ ਵੀ ਤਰ੍ਹਾਂ ਦੀ, ਜਾਂ ਕੋਈ ਪੁਰਾਣਾ ਟਰੈਕਟਰ ਲੈਣਾ, ਤੁਸੀਂ ਬਾਈ ਨਾਲ ਕੰਟੈਕਟ ਕਰ ਸਕਦੇ ਹੋ। ਬਾਕੀ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਵੇ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਤਾਂ ਬੈਲ ਆਇਕਨ ਦਬਾ ਕੇ ਆਪਣੇ ਕਰ ਦਿਓ ਪ੍ਰੈਸ, ਆਪਣੇ ਕਮੈਂਟ। ਧੰਨਵਾਦ।